ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ, ਬਹੁਤ ਇੰਪੋਰਟੈਂਟ ਵਲੋਗ ਹੈ ਅੱਜ ਦਾ। ਅੱਜ ਦੇ ਵਲੋਗ ਦੇ ਵਿੱਚ ਇੱਕ ਹੋਰ ਸਟੱਡੀ ਪਰਮਿਟ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ। ਬਹੁਤ ਵੱਡਾ ਉਲਟ ਫੇਰ ਇੱਕ ਵਾਰ ਮੁੜ ਕੀਤਾ ਗਿਆ ਹੈ ਕੈਨੇਡਾ ਗੌਰਮੈਂਟ ਦੇ ਵੱਲੋਂ। ਹਾਲਾਂਕਿ ਜੋ ਨਵਾਂ ਉਲਟ ਫੇਰ ਜਾਂ ਕਹਿ ਸਕਦੇ ਨਵੀਂ ਅਪਡੇਟ ਹੈ, ਇਹ ਪਹਿਲਾਂ ਵੀ ਕਈ ਏਜੰਟ ਯੂਜ਼ ਕਰਦੇ ਸੀਗੇ, ਇਸ ਢੰਗ ਦੇ ਨਾਲ ਫਾਈਲਿੰਗ ਕਰਦੇ ਸੀਗੇ, ਪਰ ਕਈ ਏਜੰਟ ਕੁਐਸਚਨ ਕਰਦੇ ਸੀਗੇ ਕਿ ਨਹੀਂ, ਇੱਦਾਂ ਫਾਈਲਿੰਗ ਨਹੀਂ ਕਰਨੀ ਚਾਹੀਦੀ। ਬਿਨਾਂ SOP ਤੋਂ, ਬਿਨਾਂ ਐਕਸਪਲੇਨੇਸ਼ਨ ਲੈਟਰ ਤੋਂ ਵੀ ਵੀਜ਼ਾ ਆ ਜਾਂਦਾ ਹੈ, ਬਿਨਾਂ ਫਾਈਨੈਂਸ਼ੀਅਲ ਪਰੂਫ ਤੋਂ ਵੀ ਵੀਜ਼ਾ ਆ ਜਾਂਦਾ ਹੈ। ਸੋ ਇਸ ਨੂੰ ਲੈ ਕੇ ਇੱਕ ਬਹੁਤ ਵੱਡੇ ਚੇਂਜਸ ਕੀਤੇ ਗਏ ਨੇ। ਸੋ ਜੇਕਰ ਤੁਸੀਂ ਕੈਨੇਡਾ ਦਾ ਸਟੱਡੀ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਕਿਹੜੇ ਨਵੇਂ ਚੇਂਜਸ, ਇਲੀਜੀਬਿਲਿਟੀ ਕ੍ਰਾਈਟੇਰੀਆ ਤੁਹਾਡਾ ਕੀ ਹੋਵੇਗਾ, ਕੀ ਨਵੇਂ ਡਾਕੂਮੈਂਟ ਐਡ ਕੀਤੇ ਗਏ ਨੇ GCK 'ਤੇ, ਜਾਂ ਫਿਰ ਜਦੋਂ ਵੀ ਤੁਸੀਂ ਫਾਈਲਿੰਗ ਕਰੋਗੇ ਕਿਸੇ ਵੀ ਪੋਰਟਲ ਤੋਂ, ਤਾਂ ਉਸ ਪੋਰਟਲ ਦੇ ਵਿੱਚ ਹੁਣ ਤੁਹਾਨੂੰ ਨਵੀਂ ਰਿਕੁਆਇਰਮੈਂਟ ਕੀ ਐਡ ਆਨ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ IRCC ਦੇ ਵੱਲੋਂ ਕਲੀਅਰਟੀ ਕਰ ਦਿੱਤੀ ਗਈ ਹੈ ਅਤੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਇਸ ਦੀ ਅਨਾਊਂਸਮੈਂਟ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ। 1 by 1 ਸਾਰੇ ਪੁਆਇੰਟ ਜਿਹੜੇ ਉਹ ਕਲੀਅਰ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ। ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ, ਮਕਸਦ ਹੁੰਦਾ ਤੁਹਾਡੇ ਤੱਕ ਸਹੀ, ਅਥੈਂਟਿਕ ਅਤੇ ਰੀਅਲ ਇਨਫੋਰਮੇਸ਼ਨ ਪਹੁੰਚਾਈ ਜਾਵੇ, ਕਿਸੇ ਵੀ ਤਰ੍ਹਾਂ ਦਾ ਪ੍ਰਮੋਸ਼ਨਲ ਕੰਟੈਂਟ ਤਿਆਰ ਨਾ ਕੀਤਾ ਜਾਵੇ। ਕੇਪਸ ਨੋਟ SOP 6 ਦਿਓ, ਵੈਲਕਮ ਹੈ। ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਨਾ ਕਰਿਆ ਕਰੋ। ਪ੍ਰੋਫਾਈਲ ਦੀ ਆਪਣੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਸਾਡੇ ਤੋਂ, ਜਾਂ ਫਿਰ SOP ਕੇਪਸ ਨੋਟ ਹੈਲਪ ਚਾਹੁੰਦੇ ਹੋ ਤਾਂ ਵੈਲਕਮ ਹੈ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਉਹ ਪੁਆਇੰਟ ਜੋ ਤੁਹਾਡੇ ਸਟੱਡੀ ਪਰਮਿਟ ਦੇ ਲਈ ਇਲੀਜੀਬਿਲਿਟੀ ਕ੍ਰਾਈਟੇਰੀਆ ਤੁਹਾਡਾ ਤੈਅ ਕਰਨਗੇ ਕੀ ਨੇ। ਸਭ ਤੋਂ ਪਹਿਲਾਂ ਸਕਰੀਨਸ਼ਾਟ ਵੀ ਤੁਸੀਂ ਆਪਣੀ ਸਕਰੀਨ 'ਤੇ ਦੇਖੋ ਉਸ ਵੈਬਸਾਈਟ ਦਾ, ਜਿਸ ਦੇ ਵਿੱਚ ਲਿਖਿਆ ਹੋਇਆ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਹੁਣ ਰਿਕੁਆਇਰਡ ਹੋਣਗੇ। ਪਰੂਫ ਆਫ ਐਕਸੈਪਟੈਂਸ, ਯਾਨੀ ਕਿ LOA, ਯਾਨੀ ਲੈਟਰ ਆਫ ਐਕਸੈਪਟੈਂਸ ਜੋ ਤੁਸੀਂ ਲੈਂਦੇ ਹੋ, ਜੋ ਤੁਹਾਨੂੰ ਕਾਲਜ ਜਾਂ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਹੈ ਜਿੱਥੇ ਤੁਸੀਂ ਐਡਮਿਸ਼ਨ ਲਿਆ ਹੁੰਦਾ ਹੈ, ਉਹ ਤੁਹਾਨੂੰ ਦੇਣਾ ਹੋਵੇਗਾ। ਉਸ ਦੇ ਨਾਲ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਲੋੜ ਹੋਵੇਗੀ, ਅਤੇ ਜੇਕਰ ਤੁਸੀਂ ਕਿਊਬਿਕ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਮੌਂਟਰੀਅਲ ਦੇ ਵਿੱਚ, ਤਾਂ ਉਸ ਕੰਡੀਸ਼ਨ ਦੇ ਵਿੱਚ CAQ ਲੈਟਰ ਵੀ ਚਾਹੀਦਾ ਹੈ ਅਤੇ ਅਟੈਸਟੇਸ਼ਨ ਲੈਟਰ ਵੀ ਚਾਹੀਦਾ, ਦੋਵੇਂ ਲੈਟਰ ਦੀ ਰਿਕੁਆਇਰਮੈਂਟ ਹੋਵੇਗੀ। ਪਰ ਜੇਕਰ ਤੁਸੀਂ ਮਾਸਟਰਸ ਵਾਸਤੇ ਜਾ ਰਹੇ ਹੋ ਤਾਂ ਇਹਦੀ ਰਿਕੁਆਇਰਮੈਂਟ ਨਹੀਂ ਹੋਵੇਗੀ, ਡਾਕਟਰੇਟ ਵਾਸਤੇ ਇਹਦੀ ਰਿਕੁਆਇਰਮੈਂਟ ਨਹੀਂ ਹੋਵੇਗੀ। ਅਤੇ ਇੱਕ ਵੀਡੀਓ ਮੇਰਾ ਆਈ ਬਟਨ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਜਾਏਗਾ ਅਤੇ ਸਕਰੀਨਸ਼ਾਟ ਵੀ ਉਹਦਾ ਸ਼ੇਅਰ ਕਰ ਰਿਹਾ। ਇਸ ਵੀਡੀਓ ਨੂੰ ਤੁਸੀਂ ਦੇਖ ਲਓ ਜਿੱਥੋਂ ਤੁਹਾਨੂੰ ਕਿਸ ਨੂੰ ਅਟੈਸਟੇਸ਼ਨ ਲੈਟਰ ਦੀ ਲੋੜ ਹੈ, ਕਿਸ ਨੂੰ ਨਹੀਂ ਹੈ, ਉਹ ਕਲੀਅਰ ਹੋ ਜਾਵੇਗਾ। ਉਸ ਤੋਂ ਬਾਅਦ ਪਰੂਫ ਆਫ ਆਈਡੈਂਟੀ, ਇਹ ਪਹਿਲਾਂ ਵੀ ਚੱਲਦਾ ਸੀਗਾ, ਪਾਸਪੋਰਟ ਤੁਹਾਡਾ ਇੱਥੇ ਲੱਗੇਗਾ, ਫੋਟੋਜ਼ ਲੱਗਣਗੀਆਂ, ਠੀਕ ਹੈ, ਤੁਹਾਡੀ ਆਈਡੈਂਟੀ ਵਾਸਤੇ। ਉਸ ਤੋਂ ਬਾਅਦ ਪਰੂਫ ਆਫ ਫਾਈਨੈਂਸ਼ੀਅਲ ਸਪੋਰਟ, ਇਹ ਪਹਿਲਾਂ ਕੋਈ ਵੀ ਕਹਿ ਸਕਦੇ ਆਪਸ਼ਨਲ ਡਾਕੂਮੈਂਟ ਸੀ, ਕੋਈ ਫਾਈਨੈਂਸ਼ੀਅਲ ਦਾ ਪਰੂਫ ਲਗਾਉਂਦਾ ਸੀ, ਕੋਈ ਨਹੀਂ ਸੀ ਲਗਾਉਂਦਾ, ਪਰ ਹੁਣ ਮੈਂਡੇਟਰੀ ਕਰ ਦਿੱਤਾ ਗਿਆ। ਇਸ ਨੂੰ ਐਕਸਪਲੇਨ ਜਿਹੜਾ ਹੈ ਉਹ ਸਹੀ ਢੰਗ ਦੇ ਨਾਲ ਮੈਂ ਤੁਹਾਨੂੰ ਕਰ ਦਿੰਦਾ ਹੈ ਕਿ ਜੇਕਰ ਤੁਸੀਂ ਫਾਈਨੈਂਸ਼ੀਅਲੀ ਪਰੂਫ ਲਗਾ ਰਹੇ ਹੋ ਤਾਂ ਫਾਈਨੈਂਸ਼ੀਅਲੀ ਪਰੂਫ ਦੇ ਵਿੱਚ ਤੁਹਾਡੇ ਕੋਲ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਦੇ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ GIC ਜਿਹੜੀ ਹੈ ਉਹ ਲਗਾਉਣੀ ਹੈ ਨਾਲ, ਅਤੇ ਪਰੂਫ ਆਫ ਕੈਨੇਡੀਅਨ ਬੈਂਕ ਅਕਾਊਂਟ ਇਨ ਯੋਰ ਨੇਮ ਇਫ ਯੂ ਹੈਵ ਟ੍ਰਾਂਸਫਰਡ ਮਨੀ ਟੂ ਕੈਨੇਡਾ, ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਜਿਹੜੇ ਪੈਸੇ ਟ੍ਰਾਂਸਫਰ ਕਰਦੇ ਹੋ ਉਹਦਾ ਤੁਹਾਡੇ ਕੋਲ ਪਰੂਫ ਹੋਣਾ ਚਾਹੀਦਾ ਵਾ। ਉਸ ਤੋਂ ਇਲਾਵਾ ਤੁਹਾਨੂੰ ਜਿਹੜਾ ਕਾਲਜ ਦੇ ਵਿੱਚ ਜਾਂ ਜਿਹੜਾ ਵੀ ਤੁਸੀਂ ਕਹਿ ਸਕਦੇ ਆ ਕਿ ਐਡਮਿਸ਼ਨ ਲਿਆ ਹੈ, ਉੱਥੋਂ ਦੀਆਂ ਰਿਸਿਪਟਸ ਵਗੈਰਾ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਤੁਹਾਡਾ ਜੇਕਰ ਐਜੂਕੇਸ਼ਨ ਲੈਣ ਲੋਨ ਹੈ ਤਾਂ ਐਜੂਕੇਸ਼ਨ ਲੋਨ ਦਾ ਕਹਿ ਸਕਦੇ ਆ ਕਿ ਉਹ ਪ੍ਰੋਪਰ ਸਾਰੇ ਡਾਕੂਮੈਂਟ ਐਜੂਕੇਸ਼ਨ ਲੋਨ ਦੇ ਹੋਣੇ ਚਾਹੀਦੇ ਨੇ, ਜੋ ਵੀ ਸੈਂਸ਼ਨ ਲੈਟਰ ਵਗੈਰਾ ਉਹ ਸਾਰਾ ਕੁਛ ਨਾਲ ਲਗਾਉਣਾ। ਉਸ ਤੋਂ ਬਾਅਦ
ਨਾਲ ਦੀ ਨਾਲ ਹੀ ਤੁਸੀਂ ਜੇਕਰ ਤੁਹਾਨੂੰ ਕੋਈ ਸਪੌਂਸਰ ਕਰ ਰਿਹਾ, ਜਿਸ ਤਰ੍ਹਾਂ ਮਤਲਬ ਤੁਸੀਂ ਤੁਹਾਡੇ ਫਾਦਰ ਸਾਹਿਬ ਕਰ ਰਹੇ ਨੇ ਜਾਂ ਕੋਈ ਅੰਕਲ ਕਰ ਰਹੇ ਨੇ ਤੁਹਾਡੇ, ਤਾਂ ਉਹਨਾਂ ਦੇ ਵੱਲੋਂ ਇੱਕ ਸਪੌਂਸਰਸ਼ਿਪ ਲੈਟਰ ਯਾਨੀ ਕਿ ਇੱਕ ਨੋਟਰਾਈਜ਼ ਡਾਕੂਮੈਂਟ ਜਿਹੜਾ ਉਹ ਵੀ ਨਾਲ ਲਗਾਉਣਾ ਹੋਵੇਗਾ। ਇਹ ਜਿਹੜੇ ਪਰੂਫ ਆਫ ਫਾਈਨੈਂਸ਼ੀਅਲ ਫੰਡਸ ਦੇ ਵਿੱਚ ਇਹਨਾਂ ਚੀਜ਼ਾਂ ਦੀ ਰਿਕੁਆਇਰਮੈਂਟ ਜਿਹੜੀ ਹੈ ਹੁਣ ਮਸਟ ਹੋ ਗਈ ਹੈ। ਯਾਨੀ ਕਿ ਜਿਹੜੇ ਪਹਿਲਾਂ ਏਜੰਟ ਕਹਿੰਦੇ ਸੀ ਨਹੀਂ ਜੀ ਸਾਨੂੰ ਨਹੀਂ ਲੋੜ ਹੈਗੀ ਕਿਸੇ ਤਰ੍ਹਾਂ ਦਾ ਫਾਈਨੈਂਸ਼ੀਅਲ ਡਾਕੂਮੈਂਟ ਪ੍ਰਜੈਂਟ ਕਰਨ ਦੀ SDS ਕੇਸ ਦੇ ਵਿੱਚ, ਨੋਨ SDS ਕੇਸ ਦੇ ਵਿੱਚ ਲੋੜ ਹੈਗੀ ਆ, ਉਹ ਸਾਰੇ ਹੁਣ ਕਲੀਅਰ ਹੋ ਗਏ ਨੇ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਦਿਖਾਉਣਾ ਪਵੇਗਾ ਕਿ ਉੱਥੋਂ ਦੀ ਲਿਵਿੰਗ ਕੋਸਟ ਜਿਹੜੀ ਉਹ ਕਿੱਦਾਂ ਤੁਸੀਂ ਮੇਨਟੇਨ ਕਰਨੀ ਹੈ, ਉਹ ਪੈਸੇ ਤੁਹਾਡੇ ਕੋਲ ਹੈਗੇ ਜਾਂ ਨਹੀਂ ਹੈਗੇ। ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਜਿਹੜੇ ਮੇਰੀ ਨੈਕਸਟ ਈਅਰ ਦੀ ਫੀਸ ਹੈ, ਜੇ 2 ਸਾਲ ਦਾ ਕੋਰਸ ਹੈ, 1 ਸਾਲ ਦੀ ਫੀਸ, 1 ਸਾਲ ਦੀ ਫੀਸ ਜਿਹੜੀ ਉਹ ਜਮ੍ਹਾਂ ਕਰਕੇ ਤੁਸੀਂ ਚਲ ਜਾਂਦੇ ਹੋ GIC, ਤਾਂ ਵੈਸੇ ਡਬਲ ਹੋ ਗਈ ਅਤੇ ਉਹ ਤਾਂ ਤੁਹਾਡੇ ਲਿਵਿੰਗ ਐਕਸਪੈਂਸਿਸ ਕਵਰ ਕਰ ਲਏਗੀ। ਦੂਜੇ ਸਾਲ ਦੀ ਫੀ ਦੇ ਇਕੁਅਲ ਅਮਾਊਂਟ ਜਿਹੜਾ ਉਹ ਤੁਹਾਡੀ ਬੈਂਕ ਦੇ ਵਿੱਚ ਹੋਣਾ ਚਾਹੀਦਾ ਫਾਈਨੈਂਸ਼ੀਅਲ ਪਰੂਫ ਦੇ ਤੌਰ ਦੇ ਉੱਤੇ। ਉਸ ਤੋਂ ਬਾਅਦ ਇਹ ਲੈਟਰ ਆਫ ਐਕਸਪਲੇਨੇਸ਼ਨ, ਇਹ ਬਹੁਤ ਇੰਪੋਰਟੈਂਟ ਹੈ। ਬਹੁਤ ਸਾਰੇ ਏਜੰਟ ਇੱਦਾਂ ਦੇ ਸੀਗੇ, ਖਾਸ ਕਰਕੇ ਜਿਹੜੇ RCIC ਆਪਣੇ ਆਪ ਨੂੰ ਜਾਂ ਕਹਿੰਦੇ ਆ ਕਿ ਕੈਨੇਡਾ ਤੋਂ ਅਸੀਂ ਫਾਈਲ ਕਰਦੇ ਇੱਦਾਂ ਉੱਦਾਂ, ਉਹ SOP ਵਰਗਾ ਡਾਕੂਮੈਂਟ ਯੂਜ਼ ਨਹੀਂ ਸੀ ਕਰਦੇ, ਐਕਸਪਲੇਨੇਸ਼ਨ ਲੈਟਰ ਨਹੀਂ ਸੀਗੇ ਲਗਾਉਂਦੇ ਹੁੰਦੇ। ਅਤੇ ਬਹੁਤ ਸਾਰੇ ਇੱਥੋਂ ਦੇ ਵੀ ਏਜੰਟ ਇੱਦਾਂ ਦੇ ਸੀਗੇ ਜਿਹੜੇ SOP ਤੋਂ ਬਿਨਾਂ ਹੀ ਫਾਈਲਿੰਗ ਕਰਦੇ ਸੀਗੇ, ਅਤੇ ਬਹੁਤ ਰਿਜੈਕਸ਼ਨ ਆਉਂਦੇ ਸੀਗੇ ਇਸ ਕੇਸ ਦੇ ਵਿੱਚ। SOP ਲਿਖਦੇ ਹੀ ਨਹੀਂ ਸੀਗੇ, ਸਟੇਟਮੈਂਟ ਆਫ ਪਰਪਜ਼ ਉਹਨਾਂ ਦਾ ਕਲੀਅਰ ਹੀ ਨਹੀਂ ਸੀਗਾ ਹੁੰਦਾ। ਅਤੇ ਹੁਣ ਐਕਸਪਲੇਨੇਸ਼ਨ ਲੈਟਰ ਜਿਹੜਾ ਵਾ ਉਹ ਜ਼ਰੂਰੀ ਹੋ ਗਿਆ ਹੈ, ਅਤੇ ਉਹਦੀ ਪ੍ਰੋਪਰ ਐਕਸਪਲੇਨੇਸ਼ਨ ਵੀ ਦਿੱਤੀ ਹੋਈ ਹੈ ਕਿ ਕਿਉਂ ਤੁਸੀਂ ਕੈਨੇਡਾ ਵਿੱਚ ਸਟੱਡੀ ਕਰਨਾ ਚਾਹੁੰਦੇ ਹੋ। ਅਤੇ ਜੇਕਰ ਤੁਸੀਂ ਕੈਨੇਡਾ ਵਿੱਚ ਸਟੱਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਅੰਡਰਸਟੈਂਡ ਕਰਦੇ ਹੋ, ਉੱਥੋਂ ਦੀਆਂ ਰਿਸਪੋਂਸਿਬਿਲਿਟੀਜ਼ ਕੀ ਹੋਣਗੀਆਂ ਜਦੋਂ ਤੁਸੀਂ ਉੱਥੇ ਸਟੱਡੀ ਕਰ ਰਹੇ ਹੋਗੇ। ਉਸ ਤੋਂ ਬਾਅਦ ਤੁਹਾਡੇ ਵਾਪਸ ਆਉਣ ਦਾ ਇੰਟੈਂਟ ਕੀ ਹੈ, ਤੁਸੀਂ ਇੰਡੀਆ ਦੇ ਵਿੱਚ ਕਿਉਂ ਨਹੀਂ ਇੱਥੇ ਸਟੱਡੀ ਕਰ ਰਹੇ, ਹਾਇਰ ਐਜੂਕੇਸ਼ਨ ਵਾਸਤੇ ਤੁਸੀਂ ਕੈਨੇਡਾ ਕਿਉਂ ਚੂਜ਼ ਕੀਤਾ। ਹੋਰ ਵੀ ਕਈ ਕੰਟਰੀਆਂ ਬਹੁਤ ਚੰਗੇ ਕਾਲਜ ਯੂਨੀਵਰਸਿਟੀਜ਼ ਹੈਗੀਆਂ ਨੇ, ਭਾਵੇਂ UK ਦੀ ਗੱਲ ਕਰ ਲਈਏ, ਆਸਟ੍ਰੇਲੀਆ ਦੀ ਗੱਲ ਕਰ ਲਈਏ, US ਦੀ ਗੱਲ ਕਰ ਲਈਏ, ਤੁਸੀਂ ਉੱਥੇ ਐਡਮਿਸ਼ਨ ਕਿਉਂ ਨਹੀਂ ਲੈ ਰਹੇ, ਕੈਨੇਡਾ ਹੀ ਕਿਉਂ ਜਾ ਰਹੇ ਹੋ। ਉਸ ਤੋਂ ਬਾਅਦ ਜੇਕਰ ਕੈਨੇਡਾ ਦੇ ਵਿੱਚ ਤੁਸੀਂ ਸਟੱਡੀ ਕਰ ਰਹੇ ਹੋ ਤਾਂ ਤੁਹਾਡਾ ਫਿਊਚਰ ਕੀ ਹੋਵੇਗਾ। SOP ਦਾ ਵੀ ਇੱਕ ਵੀਡੀਓ i-Button ਦੇ ਵਿੱਚ ਅਟੈਚ ਹੈ, ਅਤੇ SOP 'ਤੇ ਮੇਰਾ ਇੱਕ ਸਪੈਸ਼ਲ ਵੀਡੀਓ ਵੀ ਆ, ਉਹ ਜਾ ਕੇ ਤੁਸੀਂ ਦੇਖ ਸਕਦੇ ਹੋ, ਜਿੱਥੇ SOP ਤੋਂ ਰਿਲੇਟਡ ਤੁਹਾਡਾ ਹਰ ਕੁਐਸਚਨ ਜਿਹੜਾ ਉਹ ਕਲੀਅਰ ਹੋ ਜਾਵੇਗਾ। ਜੇਕਰ ਫਿਰ ਵੀ ਕੋਈ ਕੁਐਸਚਨ ਹੁੰਦਾ ਹੈ ਤਾਂ ਤੁਸੀਂ ਮੈਨੂੰ DM ਕਰ ਸਕਦੇ ਹੋ, WhatsApp ਦਾ ਨੰਬਰ ਦਿੱਤਾ ਹੋਇਆ। ਉਸ ਤੋਂ ਬਾਅਦ ਐਨ ਅਟੈਸਟੇਸ਼ਨ ਇਸ਼ੂ, ਹਾਂ ਇਹ ਕਿਊਬਿਕ ਦੇ ਵਿੱਚ, ਜੇਕਰ ਤਾਂ ਕਿਊਬਿਕ ਤੋਂ ਵੀ ਤੁਹਾਨੂੰ ਅਟੈਸਟੇਸ਼ਨ ਲੈਟਰ ਵੀ ਲੈਣਾ ਹੋਵੇਗਾ, ਅਤੇ ਨਾਲ ਦੀ ਨਾਲ ਹੀ ਐਕਸੈਪਟੈਂਸ ਜਿਹੜਾ ਵਾ CAQ ਲੈਟਰ ਜਿਹੜਾ ਵਾ ਉਹ ਵੀ ਲੈਣਾ ਹੋਵੇਗਾ, ਦੋਵੇਂ ਲੈਟਰ ਲੈਣੇ ਹੋਣਗੇ। ਉਸ ਤੋਂ ਬਾਅਦ ਮੈਡੀਕਲ ਇਗਜ਼ਾਮ ਦਾ ਪਰੂਫ ਪਹਿਲਾਂ ਵੀ ਦਿੰਦੇ ਸੀ, ਹੁਣ ਵੀ ਦੇਣਾ। ਉਸ ਤੋਂ ਬਾਅਦ ਇੱਕ ਕਸਟੋਡੀਅਨ ਡਿਕਲੇਰੇਸ਼ਨ ਮਾਈਨਰ ਓਨਲੀ, ਜਦੋਂ ਤੁਸੀਂ ਮਾਈਨਰ ਹੁੰਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਇੱਕ ਕਸਟੋਡੀਅਨ ਡਾਕੂਮੈਂਟ ਬਣਦਾ ਹੈ ਜੋ ਪ੍ਰੋਪਰ ਨੋਟਰਾਈਜ਼ ਹੋਣਾ ਚਾਹੀਦਾ ਤੁਹਾਡੀ ਤਹਿਸੀਲ ਤੋਂ, ਅਤੇ ਉਹ ਨੋਟਰੀਜ਼ ਡਾਕੂਮੈਂਟ ਜਿਹੜਾ ਉਹ ਨਾਲ ਲੱਗਣਗੇ, ਅਤੇ ਨਾਲ ਅਦਰ ਡਾਕੂਮੈਂਟਸ ਯਾਨੀ ਕਿ ਜਿਹੜੇ ਵੀ ਤੁਹਾਡੇ ਅਕੈਡਮਿਕ ਡਾਕੂਮੈਂਟ ਹੋ ਗਏ ਜਾਂ ਤੁਹਾਡੀ ਫੈਮਿਲੀ ਦੇ ਡਾਕੂਮੈਂਟਸ ਹੋ ਗਏ ਉਹ ਨਾਲ ਲੱਗਣੇ ਹੀ ਲੱਗਣੇ ਆ। ਜਿਹੜਾ ਕਸਟੋਡੀਅਨ ਲੈਟਰ ਹੈ ਉਹਦੇ ਵਿੱਚ ਤੁਹਾਡਾ ਇੱਕ IIM ਫੋਰਮ 5646E ਜਿਹੜਾ ਹੈ ਉਹ ਨਾਲ ਅਟੈਚ ਹੋਵੇਗਾ। ਯਾਨੀ ਕਿ ਇਹ ਸਾਰਾ ਜਿਹੜਾ ਨਵਾਂ ਕੈਨੇਡਾ ਦੇ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ ਸਟੱਡੀ ਪਰਮਿਟ ਦੇ ਕ੍ਰਾਈਟੇਰੀਆ ਵਾਸਤੇ, ਉਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਨਵਾਂ ਕੀ ਹੋਵੇਗਾ, ਕੀ ਡਾਕੂਮੈਂਟੇਸ਼ਨ ਹੋਵੇਗੀ, ਉਮੀਦ ਕਰਦਾ ਕਿ ਇਸ ਬਾਰੇ ਤੁਹਾਨੂੰ ਬਿਲਕੁਲ ਕਲੈਰਿਟੀ ਹੋ ਗਈ ਹੋਵੇਗੀ। ਜੇਕਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ, WhatsApp ਦਾ ਨੰਬਰ ਦਿੱਤਾ ਹੋਇਆ, ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰ ਲਓ, ਉੱਥੇ ਤੁਸੀਂ DM ਕਰ ਸਕਦੇ ਹੋ, Facebook 'ਤੇ ਵੀ ਹੁਣ ਅਸੀਂ ਹਾਂ, ਉੱਥੇ ਵੀ ਤੁਸੀਂ ਇਨਬੋਕਸ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ, ਕੋਸ਼ਿਸ਼ ਕਰਾਂਗਾ ਤੁਹਾਡਾ ਵਿਦਇਨ ਟਾਈਮ ਪੀਰੀਅਡ ਜਵਾਬ ਦਿਓ। ਕੇਪਸ ਨੋਟ SOP ਛੱਪ ਚਾਹੁੰਦੇ ਹੋ, ਫਾਈਲ ਦੀ ਪ੍ਰਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ, ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਾਲ ਮੈਸੇਜ ਕਰ ਸਕਦੇ ਹੋ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਸੰਪਰਕ ਨਾ ਕਰਿਆ ਕਰੋ। ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।